ਸਸ਼ਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾ ਦਾ ਮੈਸੂਮ ਅੰਜੇਟਲੀ ਸਵਾਗਤ ਕਰਦੀਆਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਦੌਰ ਯਾ 21ਵੀਂ ਸਦੀ ਦੀ ਗੱਲ ਕਰਦੇ ਆਂ ਬੱਚਿਆਂ ਦੇ ਦਿਲਾਂ ਦੇ ਵਿੱਚ ਵਿਦੇਸ਼ਾਂ ਦੀ ਤਰਤੀ ਤੇ ਜਾ ਕੇ ਪੜ੍ਹਾਈ ਕਰਨ ਉੱਥੇ ਜਾ ਕੇ ਸੈਟਲ ਹੋਣ ਦਾ ਜਿਹੜਾ ਚਾਹ ਹੈ ਇਹ ਜਿਹੜਾ ਗ੍ਰਾਫ ਹੈ ਦਿਨ-ਬਦ ਦਿਨ ਵੱਧਦਾ ਜਾ ਰਿਹਾ ਹੈ ਤੇ ਇਸੇ ਨੂੰ ਦੇਖਦੇ ਹੋਏ ਮਾਰਕੀਟ ਦੇ ਵਿੱਚ ਏਜੰਟਸ ਦੀ ਜਿਹੜੀ ਦੌੜ ਲੱਗੀ ਹੋਈ ਹੈ ਇੱਕ ਭੀੜ ਜਿਹੜੀ ਅੱਜ ਦਿਖਾਈ ਦੇ ਰਹੀ ਹੈ ਉਹਨਾਂ ਵਿੱਚੋਂ ਇਹ ਚੂਜ਼ ਕਰਨਾ ਨੌਕਾ ਹੋਇਆ ਪਿਆ ਕਿ ਜੈਨੂਇਨ ਕੌਣ ਹੈ ਠੱਗ ਕੌਣ ਹੈ ਕਿਉਂਕਿ ਇਹ ਗੱਲ ਵੀ ਆਜਾਮ ਬਣ ਚੁੱਕੀ ਹੈ ਕਿ ਏਜੰਟਸ ਦਾ ਨਾਮ ਠੱਗ ਰੱਖਿਆ ਜਾ ਚੁੱਕਿਆ ਹੈ ਲੋਕਾਂ ਵੱਲੋਂ ਕਿਉਂਕਿ ਠੱਗੀ ਇੰਨੀ ਜ਼ਿਆਦਾ ਵੱਧ ਗਈ ਹੈ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਜਾਂ ਬੱਚਿਆਂ ਦੇ ਕੈਰੀਅਰ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਹੈ ਉਹਨੂੰ ਦੇਖ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਡਰ ਬੈਠਿਆ ਹੋਇਆ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਇੱਕ ਅਜਿਹੀ ਜਗ੍ਹਾ ਮੌਜੂਦ ਹਾਂ ਜਿਹੜੇ ਦਾਵਾ ਕਰਦੇ ਨੇ ਕਿ ਉਹ ਨੰਬਰ 1 ਹੈ ਸਕਾਲਰ ਡੈਸਟੀਨੀ ਮੇਰੇ ਨਾਲ ਲਖਵਿੰਦਰ ਸੰਧੂ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਡੇਲੀ ਵਾਚ ਪੰਜਾਬ ਸਰ ਸਿਕਾਲ ਜੀ ਮੇਰੇ ਵੱਲੋਂ ਪਿਆਰ ਭਰੀ ਜੀ ਆਇਆਂ ਨੂੰ ਤੁਹਾਨੂੰ ਤੇ ਡੇਲੀ ਪੋਸ ਦੇ ਦੇਖ ਰਹੇ ਹੋਏ ਸਾਰੇ ਦਰਸ਼ਕਾਂ ਨੂੰ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਜੀ ਸਰ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਏਜੰਟਸ ਨੂੰ ਅੱਜ ਜਿਹੜੇ ਮਾਪੇ ਬਾਬ ਨੇ ਜਾਂ ਬੱਚੇ ਨੇ ਨਾ ਠੱਗ ਕਹਿ ਕੇ ਬੁਲਾਉਂਦੇ ਨੇ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਨਾਲ ਇੰਨੀਆਂ ਠੱਗੀਆਂ ਹੋਈਆਂ ਨੇ ਪਰ ਸਕਾਲਰ ਡੈਸਿਨੀ ਸ਼ੁਰੂ ਤੋਂ ਹੀ ਡੇ 1 ਤੋਂ ਦਾਵਾ ਕਰੇ ਕਿ ਉਹ ਨੰਬਰ 1 ਨੇ ਤੇ ਜੈਨੂਇਨ ਅ ਜੀ ਬਿਲਕੁਲ ਠੀਕ ਹੈ ਤੁਸੀਂ ਕਿ ਏਜੰਟਸ ਨੂੰ ਜਿਹੜਾ ਵਾ ਠੱਗ ਕਹਿ ਕੇ ਜਿਹੜਾ ਵਾ ਬੁਲਾਇਆ ਜਾਂਦਾ ਵਾ ਸਿਮਿਲਰਲੀ ਜਿੱਦਾਂ ਪੁਲਿਸ ਵਾਲਿਆਂ ਨੂੰ ਵੀ ਕਿਸ ਨਾਮ ਨਾਲ ਬੁਲਾਇਆ ਜਾਂਦਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਹਰ ਇੱਕ ਜਿਹੜੀਆਂ ਪੰਜੋਂ ਉਂਗਲੀਆਂ ਜਿਹੜੀਆਂ ਇੱਕੋ ਵਰਗੀਆਂ ਨਹੀਂ ਹੁੰਦੀਆਂ ਹਰ ਬੰਦਾ ਜਿਹੜਾ ਵਾ ਗਲਤ ਨਹੀਂ ਹੁੰਦਾ ਹਰ ਬੰਦਾ ਸਹੀ ਨਹੀਂ ਹੁੰਦਾ ਬਟ ਕਿਤੇ ਨਾ ਕਿਤੇ ਜਦੋਂ ਠੱਗੀ ਦਾ ਸ਼ਿਕਾਰ ਤੁਸੀਂ ਕਦੋਂ ਹੁੰਦੇ ਹੋ ਜਦੋਂ ਤੁਸੀਂ ਖੁਦ ਅਵੇਅਰ ਨਹੀਂ ਹੋ ਤੁਹਾਨੂੰ ਤੁਹਾਡੇ ਹੱਕਾਂ ਦੇ ਬਾਰੇ ਨਹੀਂ ਪਤਾ ਤੁਸੀਂ ਕਿਸੇ ਬਾਰੇ ਰਿਸਰਚ ਨਹੀਂ ਕਰਦੇ ਹੋ ਔਰ ਸਿੱਧਾ ਜਾ ਕੇ ਭੋਲੇ-ਪਾਲੇ ਬਣ ਕੇ ਤੁਸੀਂ ਜਿਹੜਾ ਵਾ ਕਿਸੇ ਵੀ ਏਜੰਟ ਦੇ ਸਾਹਮਣੇ ਜਾ ਕੇ ਬਹਿ ਜਾਂਦੇ ਹੋ ਏਜੰਟ ਤੁਹਾਨੂੰ ਮੂਰਖ ਕਿੱਦਾਂ ਬਣਾਉਂਦੇ ਆ ਕਿਉਂਕਿ ਉਹਨੂੰ ਪਤਾ ਵਾ ਕਿ ਇਹ ਪਿੰਡਾਂ ਤੋਂ ਆਏ ਹੋਏ ਆ ਇਹਨਾਂ ਨੂੰ ਜਿਹੜਾ ਵਾ ਐਜੂਕੇਸ਼ਨ ਇਹਨਾਂ ਦੀ ਕੁਝ ਨਹੀਂ ਹੈਗੀ ਇਹਨਾਂ ਨੇ ਕੁਝ ਰਿਸਰਚ ਨਹੀਂ ਕਰਨਾ ਸੀ ਜੋ ਬੋਲਣਾ ਵਾ ਇਹਨਾਂ ਨੇ ਉਹ ਹੀ ਮੰਨ ਲੈਣਾ ਵਾ ਸੋ ਕਿਤੇ ਨਾ ਕਿਤੇ ਜਿਹੜਾ ਵਾ ਇਹਰੇ 'ਚ ਮੈਨੂੰ ਲੱਗਦਾ ਹੈ ਕਿ 99% ਜਿਹੜਾ ਵਾ ਉਹਰਾ ਏਜੰਟ ਦਾ ਕਸੂਰ ਹੈ ਤੇ ਕਿਤੇ ਨਾ ਕਿਤੇ 1% ਜਿਹੜਾ ਵਾ ਉਹਰਾ ਵੀ ਕਸੂਰ ਹੈ ਜਿਹੜਾ ਉਰਕੋ ਜਿਹੜਾ ਵਾ ਬੇਵਕੂਫ ਬੰਦਾ ਪਿਆ ਵਾ ਇੰਨਾ ਚੀਜ਼ਾਂ ਨੂੰ ਅਵੇਅਰ ਹੋਣਾ ਪਵੇਗਾ ਸਟੂਡੈਂਟਸ ਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਸਟੂਡੈਂਟਸ ਨੂੰ ਉਹਨਾਂ ਦੇ ਮਾਪਿਆਂ ਨੂੰ ਜੇ ਆਪ ਪੜੇ ਨਹੀਂ ਹੈ ਤੇ ਕੋਈ ਨਾ ਕੋਈ ਜਿਹੜਾ ਪੜਿਆ ਲਿਖਿਆ ਕਿਸੇ ਵੀ ਏਜੰਟ ਕੋ ਜਾਂਦੇ ਹੋ ਤੇ ਉਹ ਕੋ ਕਿਸੇ ਕਿਸੇ ਪੜੇ ਲਿਖੇ ਬੰਦੇ ਨੂੰ ਆਪਣੇ ਨਾਲ ਲੈ ਕੇ ਜਾਣ ਸੋ ਥੈਟ ਕਿ ਇਹੋ ਜਿਹੀਆਂ ਠੱਗੀਆਂ ਤੋਂ ਬਚਿਆ ਜਾ ਸਕੇ ਜੀ ਯੂਕੇ ਦੇ ਵੀਜ਼ਾਸ ਦੀ ਗੱਲ ਕਰਦੇ ਹਾਂ ਕਿਉਂਕਿ ਤੁਸੀਂ ਖਾਸ ਤੌਰ ਤੇ ਯੂਕੇ ਦੇ ਲਈ ਕੰਮ ਕਰ ਰਹੇ ਹੋ 2016 ਤੋਂ ਤੁਸੀਂ ਯੂਕੇ ਦਾ ਵੀਜ਼ਾ ਲਗਵਾਉਣਾ ਸ਼ੁਰੂ ਕੀਤਾ ਉਹ ਪਹਿਲੀ ਵਾਰ ਅਸੀਂ ਦੇਖਿਆ ਇੰਨੇ ਸਾਲਾਂ ਬਾਅਦ ਤਕਰੀਬਨ 10 ਸਾਲਾਂ ਬਾਅਦ ਕਿਸੇ ਬੱਚੇ ਦਾ ਯੂਕੇ ਦਾ ਵੀਜ਼ 2018 এন্ড تک এজেন্টস ਨਹੀਂ জানਦੇ ਸੀ কি ইউকে ਦੇ ভিসাজ ਹੁਣ ਲੱਗ ਰਹੇ ਨੇ ਪਰ ਤੁਸੀਂ ਉਦੋਂ ਲਗਵਾਏ ਹੁਣ ਵੀ ਕਿੰਨੇ ਤਕਰੀਬਨ ভিসাজ ਨੇ ਜਿਹੜੇ ਤੁਸੀਂ ইউকে ਦੇ ਲਈ ਬੱਚਿਆਂ ਦੇ ਲਗਵਾ ਚੁੱਕੇ ਆ ਵਾਯੂ ਗੁਰੂ ਦੀ ਕਿਰਪਾ ਨਾਲ ਨੰਬਰਸ ਮੇਰੀਆਂ ਉਂਗਲਾਂ ਤੇ ਨਹੀਂ ਹੈ ਬਟ ਹਾਂ ਇੰਨਾ ਕਹਿ ਸਕਦਾ ਮਾਂ ਕਿ ਕੋਈ ਵੀ ਮੇਰੇ ਸਾਹਮਣੇ ਆ ਕੇ ਬਹਿ ਜਾਏ ਔਰ ਮੈਨੂੰ ਜਿਹੜਾ ਵਾ ਇਸ ਚੀਜ਼ ਨਾਲ ਜਿਹੜਾ ਵਾ ਕੋਈ ਵੀ ਪੰਜਾਬ ਚ ਜਿਹੜਾ ਵੀ ਆਪਣਾ ਏਜੰਟ ਵੀਰ ਹੈਗਾ ਵਾ ਉਹ ਆ ਕੇ ਮੈਨੂੰ ਬੈਸਕਦਾ ਕਿ ਮੈਨੂੰ ਆ ਪਤਾ ਵਾ ਕਿ ਸਕਾਲਰ ਡੈਸਟੀ ਨੇ ਸਭ ਤੋਂ ਵਧੀਆ ਤੇ ਸਭ ਤੋਂ ਜ਼ਿਆਦਾ ਕੰਮ ਕੀਤਾ ਸਾਡੇ ਕੋਲ ਜਿਹੜਾ ਵਾ ਬਾਬਾ ਜੀ ਦੀ ਕਿਰਪਾ ਨਾਲ ਸਿੰਗਲ ਰਿਫਿਊਜ਼ ਨਹੀਂ ਦੋ ਬੱਚੇ ਰਿਫਿਊਜ਼ ਜ਼ਰੂਰ ਹੋਏ ਪਰ ਮੈਂ ਉਹਨਾਂ ਨੂੰ ਰਿਫਿਊਜ਼ ਨਹੀਂ ਗਿੰਦਾ ਕਿਉਂਕਿ ਉਹ ਬੱਚੇ ਰਿਫਿਊਜ਼ ਆਪਣੇ ਜਿਹੜੇ ਕਾਰਨਾ ਕਾਰਨ ਹੋਏ ਆ ਉਹਨਾਂ ਬੱਚਿਆਂ ਨੇ ਜਿਹੜਾ ਵਾ ਐਮਬੈਸੀ ਨੂੰ ਝੂਠ ਬੋਲਿਆ ਐਸੇ ਵਜ੍ਹਾ ਨਾਲ ਉਹ ਰਿਫਿਊਜ਼ ਹੋਇਆ ਆ ਆਦਰਵਾਇਜ਼ ਵੀ ਡੋਨਟ ਹੈਵ ਅ ਸਿੰਗਲ ਰਿਫਿਊਜ਼ਲ ਤੁਸੀਂ ਬਹੁਤ ਵਾਰ ਦੇਖਿਆ ਹੋਣਾ ਏਜੰਟਸ ਦਾਵਾ ਕਰਦੇ ਨੇ ਕੀ ਫਾਈਲ ਜਿਹੜੀ ਹੈ ਸਾਡੇ ਹੱਥ ਫੜਾਓ ਵੀਜ਼ਾ ਲੱਗਣ ਤੋਂ ਬਾਅਦ ਫੀਸ ਲਵਾਂਗੇ ਇਹ ਇੱਕ ਤਰ੍ਹਾਂ ਨਾਲ Trap ਆ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ ਪੈਕੇजेस ਦੀ ਗੱਲ ਕੀਤੀ ਜਾਂਦੀ ਹੈ ਜਦ ਕਿ ਇਹ ਗੱਲ ਅਸੀਂ ਜਾਣਦੇ ਹਾਂ ਕਿ ਬਾਹਰ ਭੇਜੰਦਾ ਕਦੇ ਕੋਈ ਪੈਕੇਜ ਨਹੀਂ ਹੁੰਦਾ ਐਗਜ਼ੈਕਟਲੀ ਯਸ ਇਦਾਂ ਦਾ ਕੋਈ ਵੀ ਪੈਕੇਜ ਨਹੀਂ ਹੁੰਦਾ ਬਟ ਅਕੋਰਡਿੰਗ ਟੂ ਦੀ ਮਾਰਕੀਟ ਜਿਹੜਾ ਵਾ ਤੁਹਾਨੂੰ ਰਿਐਕਟ ਵੀ ਕਰਨਾ ਪੈਂਦਾ ਵਾ ਆਫਟਰ ਆਲ ਵੀ ਆਰ ਬਿਜ਼ਨੈਸਮੈਨ ਤੁਸੀਂ ਖੁਦ ਕਹਿੰਦੇ ਪਿਓ ਕਿ ਚੰਗ ਐਜੰਟ ਜਿਹੜੇ ਬੱਚਿਆਂ ਨਾਲ ਠੱਗੀਆਂ ਕਰਦਾ ਠੱਗੀਆਂ ਕਰਦੇ ਤੇ ਠੱਗੀਆਂ ਤੋਂ ਉਹਨਾਂ ਨੂੰ ਬਚਾਇਆ ਕਿੱਦਾਂ ਜਾ ਸਕੇ ਫੋਰ ਏਗਜ਼ਾਮਪਲ ਕਿ ਕੋਈ ਬੱਚਾ ਆਂਦਾ ਸਾਡੇ ਕੋਲ ਕਹਿੰਦਾ ਮੇਰੀ ਫੀਸ ਭਰਨੀ ਮੈਂ ਨਹੀਂ ਭਰਨੀ ਕਿ ਮੇਰੀ ਫੀਸ ਤੁਸੀਂ ਭਰੋ ਤੇ ਮੈਂ ਜਿਹੜਾ ਵਾ ਤੁਹਾਨੂੰ ਫੀਸ ਵੀਜ਼ੇ ਤੋਂ ਬਾਅਦ ਦੇ ਦਾਂਗਾ ਤੇ ਜੇ ਮੈਂ ਆਪਣੀ ਪਾਕਟ ਚੋਂ 10 ਰੁਪਏ ਕਢਦਾ ਪਿਆ ਮੈਂ ਤੇ ਓਬਵੀਅਸ ਹੈ ਮੈਂ ਜੇ 10 ਕਢਦਾ ਪਿਆ ਮੈਂ ਤੇ ਮੇਰਾ 10 ਰੁਪਏ ਜਿਹੜੇ ਹੈ 6 ਮਹੀਨਿਆਂ ਲਈ ਅਗਲੇ ਬਲੌਕ ਹੋ ਜਾਣਗੇ ਤੇ ਮੈਂ ਵੀ ਉਹਨੂੰ 10 ਦੇ 11 ਹੀ ਲੱਭੂਗਾ ਕਿਉਂਕਿ ਇਹਰੇ ਤੋਂ ਬਾਅਦ ਏਜੰਟ ਤੋਂ ਬਾਅਦ ਇੱਕ ਬਿਜ਼ਨਸਮੈਨ ਵੀ ਆ ਬੱਚਿਆਂ ਦਾ ਫਿਊਚਰ ਕੰਸਲਟੈਂਟ ਤੇ ਅਸੀਂ ਹੈਗੇ ਹੀ ਆ ਔਰ ਸਾਨੂੰ ਜਿਹੜਾ ਆਪਣੇ ਬਿਜ਼ਨਸ ਦਾ ਵੀ ਖਿਆਲ ਰੱਖਣਾ ਹੈ ਜੀ ਜਦੋਂ ਕੋਈ ਯੂਕੇ ਦੇ ਵੀਜ਼ਾ ਲਈ ਤੁਹਾਡੇ ਕੋਲ ਆਉਂਦਾ ਹੈ ਸਲਾਹ ਲੈਣ ਦੇ ਲਈ ਆਉਂਦਾ ਹੈ ਕਾਉਂਸਲਿੰਗ ਕਰਦੇ ਹਾਂ ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਕਹਿੰਦੇ ਹੋ ਸਭ ਤੋਂ ਪਹਿਲਾਂ ਬੱਚੇ ਨੂੰ ਜਿਹੜੀ ਮੇਰੀ ਕਾਉਂਸਲਿੰਗ ਚ ਸਪੈਸ਼ਲੀ ਹੁੰਦਾ ਮੈਂ ਬੱਚੇ ਹਰ ਇੱਕ ਬੱਚੇ ਨੂੰ ਕਹਿੰਨਾ ਕਿ ਝੂਠ ਨਾ ਬੋਲਿਓ ਸਾਡੇ ਨਾਲ ਏਜੰਟ ਔਰ ਡਾਕਟਰ ਤੋਂ ਕੁਝ ਨਹੀਂ ਲੁਕਾਉਣਾ ਚਾਹੀਦਾ ਕਿਉਂਕਿ ਇਹ ਤੁਹਾਡਾ ਫਿਊਚਰ ਦਾ ਜਿਹੜਾ ਵਾ ਮੈਟਰ ਹੈ ਜੇ ਤੁਸੀਂ ਸਾਡੇ ਤੋਂ ਕੁਝ ਵੀ ਲਗਾਇਆ ਲੁਕੋਇਆ ਅਸੀਂ ਉਹ ਹੀ ਐਪਲੀਕੇਸ਼ਨ ਫਾਰਮ ਚ ਭਰ ਦੇਣਾ ਤੁਸੀਂ ਕਿਹਾ ਅਸੀਂ ਤੁਹਾਡੇ ਕੋਲ ਫੋਰ ਐਗਜ਼ਾਮਪਲ ਪੁੱਛਿਆ ਕਿ ਤੁਸੀਂ ਇਸ ਤੋਂ ਪਹਿਲਾਂ ਯੂਕੇ ਚ ਅਪਲਾਈ ਕੀਤਾ ਕਦੀ ਤੁਸੀਂ ਕਹਿੰਦਾ ਅਸੀਂ ਨਹੀਂ ਕੀਤਾ ਔਰ ਅਸੀਂ ਵੀ ਉਹ ਰਿਚਾਰ ਲਿਖ ਕੇ ਭਰ ਦੇਣਾ ਕਿ ਬੱਚੇ ਨੇ ਕਦੀ ਅਪਲਾਈ ਨਹੀਂ ਕੀਤਾ ਪਰ ਜਦੋਂ ਐਪਲੀਕੇਸ਼ਨ ਫਾਰਮ ਐਮਬੈਸੀ ਪਹੁੰਚਣਾ ਤੇ ਉਹਨਾਂ ਨੂੰ ਉੱਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਉਹ ਰੈਪਲੀਕੇਸ਼ਨ ਕਦੀ ਵੀ ਅਪਰੂਵ ਨਹੀਂ ਹੋ ਸਕਦੀ ਔਰੀ ਵਜ੍ਹਾ ਨਾਲ ਜਿਹੜਾ ਵਾ ਬੱਚੇ ਨੂੰ ਬੈਨ ਵੀ ਹੋ ਸਕਦਾ ਹੋਰ ਜਿਹੜੀ ਚੀਜ਼ਾਂ ਮੇਨ ਗੱਲਾਂ ਜਿਹੜੀਆਂ ਧਿਆ ਫਾਈਨੈਂਸ਼ੀਅਲ ਫੰਡਸ ਬੱਚਿਆਂ ਨੂੰ ਆਪਣੇ ਪੰਜਾਬ ਦੇ ਬੱਚਿਆਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਦਿੱਕਤ ਆਂਦੀ ਹੈ ਫੰਡਸ ਮੋਟੀਆਂ-ਮੋਟੀਆਂ ਜਿਹੜੀਆਂ ਫਾਈਨੈਂਸ਼ੀਅਲ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਪੈਂਦੀਆਂ ਲਾਈਕ 20 ਲੱਖ 25 ਲੱਖ ਦੇ ਫੰਡ ਦਿਖਾਣੇ ਪੈਂਦੇ ਆ ਉਹ ਜਿਹੜੇ ਫੰਡਸ ਆ ਉਹ ਬੱਚਿਆਂ ਕੋ ਨਹੀਂ ਹੁੰਦੇ 90% ਬੱਚਿਆਂ ਕੋ ਫੰਡਸ ਨਹੀਂ ਹੁੰਦੇ ਉਹ ਫੰਡਸ ਇਧਰੋਂ ਕਦੀ ਚਾਚੇ ਤੋਂ ਤਾਏ ਤੋਂ ਕਿਤੋਂ ਵੀ ਫੜ ਕੇ ਕਰਦੇ ਆ ਜਾਂ ਕਈ ਵਾਰੀ ਫਾਈਨੈਂਸਰਾਂ ਦੇ ਟਰੈਪ ਚ ਆਂਦੇ ਜੀ ਉਹਨਾਂ ਦੇ ਕੋਲ ਵੀ ਜਾਂਦੇ ਆ ਤੇ ਉਹ ਧਿਆਨ ਚ ਰੱਖਣ ਕਿ ਉਹ ਤੁਹਾਡਾ ਫਾਈਨੈਂਸਰ ਜਿਹੜਾ ਵਾ ਜਨਰੂਲੀ ਫੰਡਸ ਅਵੇਲੇਬਲ ਤੁਹਾਨੂੰ ਕਰਾਵੇ ਆ ਨਾ ਹੋਵੇ ਤੁਹਾਡੇ ਬੈਂਕ ਚ ਪੈਸੇ ਪਾ ਕੇ ਤੇ ਕਿਸੇ ਕਿਸੇ ਤਰੀਕੇ ਨਾਲ ਜਿਹੜਾ ਉਹ ਰਿਚ ਕਢਾ ਲੇ ਤੇ ਤੁਹਾਨੂੰ ਇੱਕ ਸਟੇਟਮੈਂਟ ਦੇ ਦੇ ਪਰ ਪਿੱਛੇ ਬੈਲੈਂਸ ਉਹ ਰਿਚ ਕੁਝ ਵੀ ਨਾ ਹੋਵੇ ਇਹੋ ਜਿਹੀਆਂ ਚੀਜ਼ਾਂ ਦਾ ਬੱਚਿਆਂ ਨੂੰ ਖਿਆਲ ਰੱਖਣਾ ਪਏਗਾ ਬਹੁਤ ਵਾਰ ਐਦਾ ਹੁੰਦੇ ਬੱਚੇ ਹੀ ਇਕੱਲੇ ਆ ਜਾਂਦੇ ਨੇ ਕਾਉਂਸਲਿੰਗ ਦੇ ਲਈ ਕੁਝ ਗੱਲਾਂ ਮਾਪੇ-ਬਾਪ ਤੋਂ ਲੁਕੁਈਆਂ ਜਾਂਦੀਆਂ ਨੇ ਪਰ ਇੱਕ ਸਿਆਣਾ ਜਿਹੜਾ ਏਜੰਟ ਹੁੰਦਾ ਉਹ ਇਹੀ ਸਲਾਹ ਦਿੰਦਾ ਕਿ ਜੇ ਆਣਾ ਤੇ ਸਿਆਣਿਆਂ ਨਾਲ ਲਾਓ ਮਾਪੇ-ਬਾਪ ਨਾਲ ਨਾ ਲਾਓ ਕਿਉਂਕਿ ਮਾਪੇ-ਬਾਪ ਨੇ ਜਿਹੜੀ ਪੂਰੀ ਆਪਣੀ ਤਨਦੌਲਤ ਲਗਾਨੀ ਹੈ ਜਾਂ ਮਾਂ ਨੇ ਗਹਿਣੇ ਗਿਰਵੀ ਰੱਖਣੇ ਪਿਓ ਨੇ ਜ਼ਮੀਨ ਗਿਰਵੀ ਰੱਖਣੀ ਹੈ ਤਾਂ ਨਾਲ ਲਾਉਣਾ ਬਹੁਤ ਜ਼ਰੂਰੀ ਆ ਬਹੁਤ ਵਧੀਆ ਗੱਲ ਕੀਤੀ ਤੁਸੀਂ ਆ ਜਿਹੜੀ ਗੱਲ ਤੁਸੀਂ ਕੀਤੀ ਹੈ ਦੇਖੋ ਬੀਇੰਗ ਯੂ ਨੋ ਮੀਡੀਆ ਜਿਹੜਾ ਵਾ ਲੋਕਤੰਤਰ ਦਾ ਇੱਕ ਸਤੰਭ ਹੈ ਤੇ ਇਸ ਚੀਜ਼ ਨੂੰ ਜਿਹੜਾ ਜਿਹੜੀ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਅਸੀਂ ਵੀ ਜਿਹੜੀ ਜਦੋਂ ਵੀ ਮੇਰੇ ਕੋਲ ਕੋਈ ਵੀ ਬੱਚਾ ਇਦਾਂ ਆ ਜਾਂਦਾ ਮੈਨੂੰ ਪਤਾ ਲੱਗ ਜੇ ਨਾ ਕਿ ਇਹ 18 ਸਾਲ ਦਾ ਹੈ ਜਾਂ 20 ਸਾਲ ਦਾ ਇਹਨੂੰ ਅਜੇ ਨਹੀਂ ਸਮਝ ਨਹੀਂ ਹੁੰਨੀ ਤੇ ਮੇਰੇ ਆਫਿਸ 'ਚ ਸਪੈਸ਼ਲੀ ਕਹੇ ਜਾਂਦਾ ਉਹਨੂੰ ਕਾਉਂਸਲਿੰਗ ਦਿੱਤੀ ਜਾਂਦੀ ਹੈ ਉਹਨਾਂ ਕੇ ਅਗਲੀ ਏਰੀ ਮਾਪਿਓ ਦੇ ਨਾਲ ਵੱਡੇ ਭਰਾ ਦੇ ਨਾਲ ਚਾਚੇ ਤਾਏ ਦੇ ਨਾਲ ਕੱਲਾ ਨਹੀਂ ਕਦੇ ਵੀ ਕਿਸੇ ਵੀ ਬੱਚੇ ਨੂੰ ਕੱਲਾ ਜਿਹੜਾ ਬਸ ਸਕੂਲ ਦੇ ਸਟੇਟ ਵਿੱਚ ਐਡੋਲ ਨਹੀਂ ਕੀਤਾ ਜਾਂਦਾ ਇਸ ਤੋਂ ਬਾਅਦ ਵੀ ਜਿਹੜੇ ਹੈ ਕਈ ਬੱਚੇ ਵੀ ਭਾਂਜੀ ਬੜੇ ਜਿਹੜੇ ਨਾ ਚਲਾਕ ਹੁੰਦੇ ਆ ਹੁਣ ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ ਲਾਸਟ ਸੈਸ਼ਨ ਦਾ ਸਾਡੇ ਕੋਲ ਇੱਕ ਸਟੂਡੈਂਟ ਸੀਗਾ ਇਦਾਂ ਹੀ ਆਇਆ ਕਿ ਮੈਂ ਜਿਹੜਾ ਕੋਈ ਪੈਸਾ ਪਹਿਲਾਂ ਨਹੀਂ ਖਰਚਣਾ ਤੇ ਤੁਸੀਂ ਮੇਰੀ ਫੀਸ ਜਿਹੜੀ ਹੈ ਆਪਣੇ ਪੱਲਿਓਂ ਭਰੋ ਤੇ ਮੈਂ ਤੁਹਾਨੂੰ ਵੀਜ਼ੇ ਤੋਂ ਬਾਅਦ ਜਿਹੜੀ ਹੈ ਤੁਹਾਡੀ ਫੀਸ ਦੇ ਦਾਂਗਾ ਤਕਰੀਬਨ ਉਸ ਬੱਚੇ ਤੇ 11 12 ਲੱਖ ਰੁਪਏ ਦਾ ਜਿਹੜਾ ਖਰਚਾ ਹੋਇਆ ਅਸੀਂ ਪੇ ਕੀਤਾ ਸਾਰੀਆਂ ਚੀਜ਼ਾਂ ਬੈਸੀ ਫੀਸ ਟਿਊਸ਼ਨ ਫੀਸ ਸਾਰੀਆਂ ਚੀਜ਼ਾਂ ਉਹ ਲੀਆਂ ਪੇ ਕਰਤੀਆਂ ਅੱਜ ਜੋ ਬੱਚਾ ਸਾਡਾ ਫੋਨ ਨਹੀਂ ਚੱਕਦਾ ਪਿਆ ਹੁਣ ਬੱਚੇ ਨੂੰ ਠੱਗ ਕਹੋਗੇ ਏਜੰਟ ਨੂੰ ਠੱਗ ਕਹੋਗੇ ਉਹ ਬੱਚਾ ਜਿਹੜਾ ਵਾ ਦੋ ਵਾਰੀ ਦੋ ਤਿੰਨ ਵਾਰੀ ਇੱਥੇ ਪੰਚਾਇਤ ਲੈ ਕੇ ਜਰੂਰ ਆ ਗਿਆ ਕਿ ਜਿਹੜਾ ਵਾ ਇਸ ਬੱਚੇ ਨੂੰ ਬਾਹਰ ਭੇਜਦੋ ਇਹਦੇ ਕੋ ਹੁਣ ਪੈਸੇ ਹੈ ਨਹੀਂ ਯਾਰ ਜੋ ਸਾਡੀ ਬਣਦੀ ਹੋਈ ਹੈ ਜਿਹੜੀ ਬਣਦੀ ਫੀਸ ਹੈ ਜਿਹੜਾ 12 ਲੱਖ ਰੁਪਈਆ ਅਸੀਂ ਖਰਚਾ ਤੁਸੀਂ ਉਹ ਵੀ ਨਹੀਂ ਦਿੰਦੇ ਪਏ ਤੇ ਉੱਤੋਂ ਤੁਸੀਂ ਕਹਿੰਦੇ ਪਏ ਹੋ ਕਿ ਜਿਹੜਾ ਵਾ ਬੱਚੇ ਨੇ ਜਿਹੜਾ ਵਾ ਨਜਾਇਜ਼ ਹੋਈ ਹੈ ਨਜਾਇਜ਼ ਕੀ ਹੋਈ ਹੈ ਇਦਾਂ ਦੇ ਵੀ ਕਿਸੇ ਜਿਹੜੇ ਆ ਸਾਡੇ ਨਾਲ ਜਿਹੜੇ ਹੋ ਜਾਂਦੇ ਆ ਬੱਚੇ ਵੀ ਫਰੋਡ ਕਰ ਲੈਂਦੇ ਆ ਬੱਚੇ ਇੱਥੇ ਤੱਕ ਕਿ ਪਾਸਪੋਰਟ ਜਿਹੜਾ ਵਾ ਰਿਸੀਵ ਕਰਕੇ ਬਾਰੂ ਬਾਰੀ ਜਿਹੜਾ ਵਾ ਪਾਸਪੋਰਟ ਰਿਸੀਵ ਕਰਕੇ 에어ਪੋਰਟ ਤੱਕ ਪਹੁੰਚ ਜਾਂਦੇ ਨੇ ਉਹਨਾਂ ਨੂੰ ਆ ਨਹੀਂ ਪਤਾ ਜੇ 에ਜੰਟ ਵੀਜ਼ਾ ਲਵਾ ਸਕਦਾ ਤੇ 에어ਪੋਰਟ ਤੇ ਸਟਾਪ ਵੀ ਕਰਵਾ ਸਕਦਾ ਯੂਨੀਵਰਸਿਟੀਆਂ ਦਾ ਨਾਲ ਉਹਨਾਂ ਦੀ ਜਿਹੜੀ ਹੈ ਗੱਲਬਾਤ ਪੂਰੀ ਰਹਿੰਦੀ ਹੈ ਔਰ ਯੂਨੀਵਰਸਿਟੀਆਂ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ 에어ਪੋਰਟ ਨਹੀਂ ਕਰਾਸ ਕਰ ਸਕਦੇ ਯੂਨੀਵਰਸਿਟੀਆਂ ਦੇ ਨਾਲ ਟਾਇਅਪ ਹੋਣਾ ਬਹੁਤ ਜ਼ਰੂਰੀ ਹੈ ਕਿ ਚੰਗੇ 에ਜੰਟ ਦਾ ਇੱਕ ਅਨਾਉਂਡ 에ਜੰਟ ਦਾ ਬਟ ਬਹੁਤ ਸਾਰੇ ਮਾਰਕੀਟ ਦੇ ਵਿੱਚ 에ਜੰਟ ਬੈਠੇ ਨੇ ਤਕਰੀਬਨ ਜਿਨ੍ਹਾਂ ਨੂੰ ਠੱਗ ਹੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਟਾਇਅਪ ਹੈ ਕਾਲਜੇਸ ਤੱਕ ਯੂਨੀਵਰਸਿਟੀ ਤੱਕ ਉਹਨ ਪੰਜਾਬੀ ਕਾਲਜਿਸ ਵੀ ਛੱਡੋ ਟਾਈਅਪਸ ਜਿਹੜੇ ਆ ਕਾਲਜਿਸ ਯੂਨੀਵਰਸਿਟੀ ਨਾਲ ਚਲੋ ਕਿਸੇ ਦਾ ਹੈ ਜਾਂ ਕਿਸੇ ਦਾ ਨਹੀਂ ਹੈ ਇਹ ਇਹ ਚੀਜ਼ ਨੂੰ ਸੋਚ ਕੇ ਜਿਹੜਾ ਅਸੀਂ ਕਿਸੇ ਨੂੰ ਠੱਗ ਨਹੀਂ ਕਹਿ ਸਕਦੇ ਹੋ ਸਕਦਾ ਜਿਹੜੇ ਟਾਈਅਪਸ ਹੁੰਨ ਉਹ ਵੀ ਠੱਗੀ ਕਰਦਾ ਹੋਵੇ ਹੋ ਸਕਦਾ ਜਿਹੜੇ ਨਹੀਂ ਹੈ ਉਹ ਤੇ ਉਹ ਵੀ ਕਰਦਾ ਹੋਵੇ ਚੰਗੇ ਜਿਹੜਾ ਵਾ ਕਿਸੇ ਵੀ ਕੰਸਲਟੈਂਟ ਦਾ ਕੰਮ ਆ ਕਿ ਉਹ ਜੇ ਆਪਣਾ ਕੇਸ ਫੜ ਕੇ ਕਿਸੇ ਬੱਚੇ ਦਾ ਕੇਸ ਫੜ ਕੇ ਕਿਸੇ ਵੱਡੇ ਏਜੰਡ ਨੂੰ ਦਿੰਦਾ ਜਿਹੜੇ ਨਾਲ ਟਾਈਅਪਸ ਯੂਨੀਵਰਸਿਟੀਆਂ ਦੇ ਹੈਗੇ ਆ ਉਹ ਪਿੱਛੇ ਜਿਹੜਾ ਬੈਕਐਂਡ ਤੇ ਬੱਚੇ ਨੂੰ ਇਨਫੋਰਮੇਸ਼ਨ ਕਰੈਕਟ ਦਵੇ ਉਹ ਇਨਫੋਰਮੇਸ਼ਨ ਹੀ ਨਹੀਂ ਬੱਚਿਆਂ ਨੂੰ ਕਰੈਕਟ ਪਹੁੰਚਦੀ ਫੋਰ ਐਗਜ਼ਾਮਪਲ ਕਿ ਪਲੱਸ 2 ਦੇ ਬੇਸਿਸ ਤੇ ਅੱਜ ਵੀ ਪੰਜਾਬ 'ਚ ਜਿਹੜਾ ਵਾ ਯੂਕੇ ਨੂੰ ਬੱਚੇ ਤੋਰਦੇ ਪਏ ਨੇ ਉਹਨਾਂ ਨੂੰ ਆਹ ਕਹਿ ਕੇ ਕਿ ਤੁਹਾਡਾ ਸਪਾਊਸ ਆ ਜਾਏਗਾ ਜਦਕਿ ਰੂਲ ਆ ਕਹਿੰਦਾ ਕਿ ਜਿਹੜਾ ਮੇਨ ਐਪਲੀਕੈਂਟ ਹੈ ਉਹਨੂੰ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਬੜੇ ਹੀ ਕੇਸ ਜਿਹੜੇ ਮੇਰੇ ਕੋਲ ਇਦਾਂ ਦੇ ਆਏ ਔਰ ਇਹਨਾਂ ਦੇ ਘਰ ਤੁਸੀਂ ਅੱਜ ਨਹੀਂ ਤੇ ਕੱਲ ਖਰਾਬ ਹੀ ਸਮਝੋ ਕਿਉਂਕਿ ਕੁੜੀ ਨੇ ਥੋੜਾ ਟਾਈਮ ਬਾਅਦ ਉੱਥੇ ਪਹੁੰਚ ਜਾਣਾ ਕੁੜੀ ਨੂੰ ਲੱਗਣਾ ਸ਼ਾਇਦ ਮੇਰਾ ਘਰ ਵਾਲਾ ਨਹੀਂ ਆਣਾ ਚਾਹੁੰਦਾ ਘਰ ਵਾਲੇ ਨੂੰ ਲੱਗਣਾ ਸ਼ਾਇਦ ਮੇਰੀ ਵੋਟੀ ਨਹੀਂ ਮੈਨੂੰ ਬੁਲਾਉਂਦੀ ਤੇ ਇਹਦੇ ਚ ਜਿਹੜਾ ਵਾ ਡਿਫਰੈਂਸ ਕ੍ਰੀਏਟ ਹੋਣਾ ਤੇ ਘਰ ਖਰਾਬ ਹੋਣੇ ਜੀ ਸਪਾਊਸ ਵੀਜ਼ਾ ਦੇ ਬੜੇ ਕੇਸਿਸ ਆਉਂਦੇ ਹੋਣੇ ਨੇ ਕਿਸ ਕਿਸ ਤਰੀਕੇ ਦੇ ਲੋਕ ਤੁਹਾਨੂੰ ਇੱਥੇ ਮਿਲਦੇ ਨੇ ਕਿੱਦਾਂ ਦੀ ਸੋਚ ਆ ਜਾਂ ਕਿੱਦਾਂ ਦਾ ਕਈ ਲੋਕ ਕਹਿੰਦੇ ਹੋਣੇ ਨੇ ਰਸਤਾ ਸਿੱਧਾ ਹੋਵੇ ਪੁੱਠਾ ਸਾਨੂੰ ਬਾਹਰ ਪਹੁੰਚਾਉਂਦੇ ਆ ਅ ਐਗਜ਼ੈਕਟਲੀ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਪੰਜਾਬੀ ਜਿਹੜਾ ਬਾਹਰ ਜਾਣ ਨੂੰ ਕੋਈ ਵੀ ਰਸਤਾ ਫੋਲੋ ਕਰਨਾ ਪਵੇ ਕਰਦੇ ਆ ਹੁਣੇ ਵੀ 311 ਬੰਦੇ ਜਿਹੜੇ ਮੈਕਸੀਕੋ ਤੋਂ ਆਏ ਤੇ ਪਰਵਾਹ ਨਹੀਂ ਹੈ ਉਹ ਬੰਦੇ ਜਿਹੜੇ ਵਾਪਸ ਆਏ ਆ ਮੈਂ ਦੇਖਦਾ ਪਿਆ ਸੀਗਾ ਨਿਊਜ਼ ਤੇ ਕਿ ਬੱਚੇ ਜਿਹੜੇ ਇੱਥੇ ਵਾਪਸ ਆਏ ਉਹ ਪੁਲਿਸ ਕੰਪਲੇਂਟ ਨਹੀਂ ਕਰਦੇ ਪੇ ਕਹਿੰਦੇ ਮੈਨੂੰ ਕੁਝ ਨਹੀਂ ਬੋਲਣਾ ਏਜੰਟ ਦੇ ਖਿਲਾਫ ਮੈਨੂੰ ਕੁਝ ਨਹੀਂ ਬੋਲਣਾ ਕਿਸੇ ਦੇ ਖਿਲਾਫ ਤੁਸੀਂ মিডিਆ ਨੂੰ ਕਹਿੰਦੇ ਤੁਸੀਂ ਮੇਰੇ ਕੋ ਨਾ आओ ਕਾਰਨ ਕੀ ਹੈ ਕਿਉਂਕਿ ਉਹਨਾਂ ਨੇ ਦੁਬਾਰਾ ਜਾਣਾ ਤੁਹੇ ਡਰਦੇ ਐ ਇਸ ਚੀਜ਼ ਨੂੰ ਕਿ ਜਿਹੜਾ ਵਾ ਅੱਜ ਅਸੀਂ ਵਾਪਸ ਆ ਗਏ ਆ ਕੱਲ ਨੂੰ ਅਸੀਂ ਏਜੰਟ ਨਾਲ ਪੰਗਾ ਲੈ ਲਿਆ ਪੁਲਿਸ ਕੇਸ ਹੋ ਜੂ ਕੋਚ ਹੋ ਜੂਗਾ ਅਸੀਂ ਇੱਥੇ ਦੇ ਇੱਥੇ ਰਹਿ ਜਾਾਂਗੇ ਸਾਡੇ ਪਾਸਪੋਰਟ ਨਹੀਂ ਕਦੀ ਬਣਨੇ ਸੋ ਕਿਤੇ ਨਾ ਕਿਤੇ ਜਿਹੜਾ ਵਾ ਸਟੂਡੈਂਟਸ ਜਿਹੜੇ ਐ ਲੋਕੀ ਜਿਹੜੇ ਐ ਉਹ ਵੀ ਜਿਹੜਾ ਵਾ ਗਲਤ ਜਿਹੜੇ ਰਸਤੇ ਫੋਲੋ ਕਰਦੇ ਐ ਹੁਣ ਚੰਗਾ ਕੰਸਲਟੈਂਟ ਜਿਹੜਾ ਵਾ ਜਿਹਨੇ ਬੱਚਿਆਂ ਦੇ ਫਿਊਚਰ ਬਾਰੇ ਸੋਚਦਾ ਵਾ ਕਿ ਮੈਨੂੰ ਜਿਹੜਾ ਵਾ ਸਟੂਡੈਂਟ ਦਾ ਫਿਊਚਰ ਜਿਹੜਾ ਵਾ ਬਣਾੜਾ ਵਾ ਉਹਨੂੰ ਹਮੇਸ਼ਾ ਜਿਹੜਾ ਵੈਸ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਕਿ ਓਰੇ ਚ ਜਿਹੜਾ ਸਟੂਡੈਂਟ ਉਹਨੂੰ ਡਾਕੂਮੈਂਟਸ ਦਿੰਦਾ ਪਿਆ ਵਾ ਓਰੇ ਤੇ ਜਿਹੜਾ ਵਾ ਉਹ ਸਹੀ ਹੈਗੇ ਆ ਕਿ ਨਹੀਂ ਹੈਗੇ ਬਾਕੀ ਸ਼ਕਲ ਦੇਖ ਕੇ ਅਸੀਂ ਨਹੀਂ ਕੀ ਕਹਿ ਸਕਦੇ ਕਿ ਆ ਬੱਚਾ ਜਿਹੜਾ ਵਾ ਸਹੀ ਹੈ ਗਲਤ ਹੈ ਕਿੱਦਾਂ ਹੈ ਉਹਨੂੰ ਸਮਝਾਣਾ ਕਿੱਦਾਂ ਨਹੀਂ ਸਮਝਾਣਾ ਜੀ ਫਿਰ ਵੀ ਇੱਕ ਵਾਰ ਇਹ ਦੱਸੋ ਕਿ ਸਕਾਲਰ ਡੈਸਟੀਨੀ ਲਗਾਤਾਰ ਕਹਿੰਦਾ ਰਿਹਾ ਕਿ ਨੰਬਰ 1 ਤੇ ਆ ਨੰਬਰ 1 ਤੇ ਆ ਕਿਸ ਬੇਸਿਸ ਤੇ ਤੇ ਕਿੰਨੀ ਕੁ ਮਿਹਨਤ ਲੱਗੀ ਹੈ ਪਿੱਛੇ ਨੰਬਰ 1 ਤੇ ਆ ਐਨ ਨੰਬਰ 1 ਦਾ ਜਿਹੜਾ ਟੈਗ ਹੈ ਸਕਾਲਰ ਡੈਸਟੀ ਨੇ ਕਿਸੇ ਤੋਂ ਖੋਇਆ ਨਹੀਂ ਹੈ ਤੇ ਨਾ ਹੀ ਕਿਸੇ ਨੇ ਸਕਾਲਰ ਡੈਸਟੀ ਨੂੰ ਜਿਹੜਾ ਵਾ ਛਾਪ ਕੇ ਦਿੱਤਾ ਵਾ ਨੰਬਰ 1 ਜਿਹੜਾ ਵਾ ਅਸੀਂ ਆਪਣੀ ਸੁਕਸੈਸ ਦੇ ਕਾਰਨ ਆ ਕਿਉਂਕਿ ਅਸੀਂ ਜਿਹੜਾ ਜਿੰਨਾ ਕੰਮ ਯੂਕੇ ਲਈ ਸਪੈਸ਼ਲੀ ਮੈਂ ਨਹੀਂ ਕਿਹਾ ਕਿ ਮੈਂ ਕੈਨੇਡਾ ਲਈ ਨੰਬਰ 1 ਆ ਜਾਂ ਆਸਟ੍ਰੇਲੀਆ ਲਈ ਨੰਬਰ 1 ਯੂਕੇ ਦੀ ਗੱਲ ਚੱਲਦੀ ਪਈ ਸੀ ਤੇ ਯੂਕੇ ਲਈ ਜਿਹੜਾ ਵਾ ਮੈਨੂੰ ਕਿਸੇ ਪੱਤਰਕਾਰ ਵੀਰ ਨੇ ਪੁੱਛਿਆ ਕਿ ਆ ਜਿਹੜੀ ਕਿ ਤੁਸੀਂ ਆਪਣੇ ਆਪ ਨੂੰ ਨੰਬਰ 1 ਕਲੇਮ ਕਰਦੇ ਹੋ ਕਿੱਦਾਂ ਕਰਦੇ ਹੋ ਮੈਂ ਉਹਨਾਂ ਨੂੰ ਦੱਸਿਆ ਕਿ ਆ ਨੰਬਰ 1 ਜਿਹੜਾ ਨਾ ਲੋਕੀ ਆ ਕੇ ਕਹਿੰਦੇ ਕਿ ਭਾਜੀ ਤੁਸੀਂ ਜਿੰਨਾ ਕੰਮ ਕੀਤਾ ਤੁਸੀਂ ਨੰਬਰ 1 ਹੋ ਐਸ ਫੀਲਡ 'ਚ ਅਸੀਂ ਬੜੇ ਜਗ੍ਹਾ ਘੁੰਮ ਕੇ ਆਏ ਆ ਬੜੀਆਂ ਚੀਜ਼ਾਂ ਦੇਖ ਕੇ ਆਏ ਆ ਜਿੰਨਾਂ ਵੀਜ਼ਾ ਤੁਸੀਂ ਕਰਾਏ ਆ ਔਰ ਮੈਂ ਪਿਛਲੀ ਵਾਰ ਟਾਈਮ ਵੀ ਕੀਤਾ ਹੁਣ ਵੀ ਕਰਦਾ ਵਾਂ ਟਿਲ ਨਾਊ ਵੀ ਆਜੋ ਟਿਲ ਨਾਊ ਵੀ ਆਜੋ ਕੋਈ ਵੀ ਹੈਗਾ ਮੇਰੇ ਸਾਹਮਣੇ ਆ ਕੇ ਬਹਿ ਜਾਓ ਕਿ ਇੰਨੀ ਐਪਲੀਕੇਸ਼ਨਸ ਅਸੀਂ ਸਫਲੀ ਕਰਾਈਆਂ ਜੀ ਮਤਲਬ ਇਹ ਨੰਬਰ 1 ਦਾ ਟੈਗ ਤੁਹਾਡਾ ਆਪਣਾ ਨਹੀਂ ਇਹ ਲੋਕਾਂ ਵੱਲੋਂ ਵੀ ਦਿੱਤਾ ਜੀ 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 ਬਿਲਕੁਲ ਜੀ ਬਿਲਕੁਲ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਵਿਦੇਸ਼ ਦੀ ਧਰਤੀ ਤੇ ਪੈਰ ਰੱਖਣਾ ਯਾਨੀ ਕਿ ਇੱਥੇ ਬੈਠ ਕੇ ਸੋਚਣਾ ਤੇ ਉੱਥੇ ਪਹੁੰਚਣਾ ਇਹ ਸਫ਼ਰ ਇੰਨਾ ਛੋਟਾ ਨਹੀਂ ਹੈ ਆ ਗੱਲ ਇੰਨੀ ਛੋਟੀ ਨਹੀਂ ਹੈ ਉੱਥੇ ਜਾਣ ਦੇ ਲਈ ਕਿਹੜੇ-ਕਿਹੜੇ ਰੂਲਸ ਫਾਲੋ ਕਰਨੇ ਪੈਂਦੇ ਨੇ ਰਸਤਾ ਸਿੱਧਾ ਹੋਣਾ ਚਾਹੀਦਾ ਤੇ ਜਦੋਂ ਇੱਕ ਕੰਸਲਟੈਂਟ ਕੋਲ ਜਾਓ ਜਦੋਂ ਇੱਕ ਏਜੰਟ ਕੋਲ ਜਾਓ ਤਾਂ ਆਪਣੇ ਮਾਪੇ ਬ ਨੂੰ ਨਾਲ ਲੈ ਕੇ ਜਾਓ ਜਿਨ੍ਹਾਂ ਨੇ ਤੁਹਾਡੇ ਤੇ ਪੈਸਾ ਲਾਣਾ ਹੈ ਸਾਰੀ ਉਮਰ ਦੀ ਕਮਾਈ ਲਾਣੀ ਹੈ ਤੇ ਬਾਹਰ ਪਹੁੰਚਣ ਦੇ ਲਈ ਜਿਹੜੀਆਂ ਗੱਲਾਂ ਤੁਸੀਂ ਆਪਣੇ ਕੰਸਲਟੈਂਟ ਨਾਲ ਸਾਂਝੀਆਂ ਕਰਦੇ ਹੋ ਜੈਨੂਇਨ ਹੋਣੀਆਂ ਚਾਹੀਦੀਆਂ ਉਹ ਝੂਠੀਆਂ ਨਹੀਂ ਹੋਣੀਆਂ ਚਾਹੀਦੀਆਂ ਤਾਂ ਹੀ ਤੁਸੀਂ ਸਿੱਧੇ ਤਰੀਕੇ ਦੇ ਨਾਲ ਵਿਦੇਸ਼ ਦੀ ਧਰਤੀ ਤੇ ਪੈਰ ਰੱਖ ਸਕਦੇ ਹੋ ਤੇ ਆਪਣਾ ਚੰਗਾ ਪਵਿੱਖ ਬਣਾ ਸਕਦੇ ਹੋ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਗਨ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬੀ ਜਲੰਧਰ